ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ ਜੀ ਖੇਤੀਗਰਾਂ ਨੂੰ ਲੈ ਕੇ ਪਾਸ ਬਾਜ਼ ਚਪਵਾਤੀ ਕਲੇਸ਼ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਕਰ ਦਿਓ ਖੇਤੀਬਾੜੀ ਕਾਨੂੰਨ ਲੈ ਕੇ ਆਈ ਭਾਜਪਾ ਸਰਕਾਰ ਜਿੱਥੇ ਦਾਵਾ ਕਰ ਰਹੀ ਹੈ ਕਿ ਇਹ ਕਾਨੂੰਨ ਕਿਸਾਨਾਂ ਦਾ ਹਿੱਤ ਝਣੇ ਔਰਤੇ ਹੀ ਭਾਜਪਾ ਦੇ ਆਪਣੇ ਹੀ ਉਹਨਾਂ ਨਾਲ ਵਿਰੋਧ ਚੋ ਆ ਖੜੇ ਨੇ ਆਰਐਸਐਸ ਵੱਲੋਂ ਭਾਜਪਾ ਨੂੰ ਘੇਰਿਆ ਗਿਆ ਹੈ ਸਿੱਧਾ ਖੇਤੀਬਾੜੀ ਮੰਤਰੀ ਨੂੰ ਨਿਸ਼ਚਿਤ ਦਿੱਤੀ ਗਈ ਹੈ ਜਿਕਰ ਹੋਇਆ ਹੈ ਕਿ ਆਰਐਸਐਸ ਪਹਿਲਾਂ ਹੀ ਸਰਕਾਰ ਨੂੰ ਉਸ ਦੇ ਸਖਤਰ ਰਵਈਏ ਕਾਰਨ ਲੰਤ ਪਾ ਚੁੱਕੀ ਹੈ ਓਥੇ ਹੀ ਆਰਐਸਐਸ ਦਾ ਕਿਸਾਨ ਵਿੰਗ ਵੀ ਕਿਸਾਨਾਂ ਦੀ ਹਮਾਇਤ ਕਰ ਚੁੱਕਿਆ ਹੈ ਉਸ ਦਾ ਸਾਫ਼ ਕਹਿਣਾ ਹੈ ਕਿ ਸਰਕਾਰ ਨੂੰ ਕਿਸਾਨਾਂ ਨਾਲ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ ਨਾ ਕਿ ਸਖਤ ਰਵਈਆ ਅਪਣਾਉਣਾ ਚਾਹੀਦਾ ਹੈ ਖੇਤੀਬਾੜੀ ਕਾਨੂੰਨਾਂ ਨੇ ਭਾਜਪਾ ਦੇ ਅੰਦਰ ਹੀ ਕਲੇਸ਼ ਪਵਾ ਦਿੱਤਾ ਹੈ ਸਰਕਾਰ ਨੇ ਆਪਣੀ ਹੀ ਸਰਕਾਰ ਨੂੰ ਨਿਸ਼ਚਿਤ ਦੇ ਰਹੇ ਨੇ ਸਾਫ਼ ਸ਼ਬਦਾਂ 'ਚ ਸਰਕਾਰ ਨੂੰ ਕਿਹਾ ਗਿਆ ਹੈ ਕਿ ਤੁਹਾਡੇ ਤੇ ਸੱਤਾ ਦਾ ਨਸ਼ਾ ਹੈ ਜੇਕਰ ਤੁਸੀਂ ਲੋਕਾਂ ਦੀ ਭਲਾਈ ਦਾ ਕੰਮ ਕਰੋ ਤਾਂ ਬਿਹਰਤ ਹੋਏਗਾ ਜਿਕਰ ਇਹ ਆਖਿਆ ਕਿ ਰਗੁਨੰਦਕ ਜੋ ਕਿ ਸੀਨੀਅਰ ਨੇ ਉਹਨਾਂ ਨੇ ਇੱਕ ਅਜਿਹਾ ਬਿਆਨ ਦਿੱਤਾ ਜਿਸ ਨੇ ਹੜਕੰਪ ਮਚਾ ਦਿੱਤਾ ਭਾਜਪਾ ਅੰਦਰ ਖਲਬਲੀ ਮਚ ਗਈ ਉਹਨਾਂ ਨੇ ਸਿੱਧਾ ਖੇਤੀਬਾੜੀ ਮੰਤਰੀ ਨੂੰ ਨਿਸ਼ਾਨੇ ਤੇ ਲਿਆ ਅਤੇ ਕਿਹਾ ਕਿ ਤੁਸੀਂ ਰਾਸ਼ਟਰਵਾਦ ਨੂੰ ਮਜ਼ਬੂਤ ਕਰਨ ਲਈ ਕੰਮ ਕਰੋ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਸੁਣੀ ਜਾਵੇ ਆਪਣੇ ਸ਼ਬਦਾਰਾਂ ਹੀ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਨੰਗਾ ਰਹਿਣਾ ਚਾਹੁੰਦਾ ਹੈ ਤੁਸੀਂ ਉਸ ਨੂੰ ਜ਼ਬਰਦਸਤੀ ਕੱਪੜੇ ਕਿਉਂ ਪਵਾ ਰਹੇ ਹੋ ਉਹਨਾਂ ਨੇ ਤੇ ਮੋਰ ਨੂੰ ਸਿੱਧਾ ਕਿਹਾ ਕਿ ਉਹ ਕਿਸਾਨਾਂ ਦੀ ਸੁਣਨ ਉਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਹਾਲ ਕੀਤਾ ਜਾਵੇ ਦੱਸਣਾ ਬੰਦ ਹੈ ਕਿ ਆਰਐਸਐਸ ਦਾ ਕਿਸਾਨ ਵਿੰਗ ਪਹਿਲਾਂ ਹੀ ਸਰਕਾਰ ਦੇ ਰਵਈਏ ਤੋਂ ਨਾਰਾਜ਼ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਤੇ ਅਤਿਆਚਾਰ ਕਰਨ ਤੋਂ ਚੰਗਾ ਕਿ ਉਹਨਾਂ ਨਾਲ ਗੱਲਬਾਤ ਕਰੇ ਅਜੇਹ ਤੇ ਸੀਨੀਅਰ ਲੀਡਰ ਦਾ ਅਜਿਹਾ ਬਿਆਨ ਜਿਸ ਚ ਉਹਨਾਂ ਨੇ ਇਹ ਕਹਿ ਦਿੱਤਾ ਹੈ ਕਿ ਤੈਮੂਰ ਤੇ ਸੱਤਾ ਦਾ ਨਸ਼ਾ ਸਵਾਰ ਹੈ ਇਸ ਬਿਆਨ ਨਾਲ ਕੋਹਰਾ ਮਚ ਗਿਆ ਹੈ ਮਾਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ रह चुके ਰਗੁਨੰਦਨ ਦਾ ਇਹ ਬਿਆਨ ਜਿੱਥੇ ਤਿੱਖਾ ਹੈ ਉੱਤੇ ਹੀ ਅਹਿਮੀਅਤ ਵੀ ਬਹੁਤ ਰੱਖਦਾ ਹੈ ਫੇਸਬੁਕ ਬਿਆਨ ਨਾਲ ਭਾਜਪਾ ਅੰਦਰ ਕੋਹਰਾ ਮੱਚ ਗਿਆ ਫੇਸਬੁਕ ਕਾਉਂਟੇ ਇਹ ਬਿਆਨ ਉਹਨਾਂ ਵੱਲ ਉਹਨਾਂ ਵੱਲੋਂ ਆਇਆ ਹੈ ਉਹਨਾਂ ਨੇ ਖੇਤੀਬਾੜੀ ਮੰਤਰੀ ਨੂੰ ਸੁਝਾ ਦਿੱਤਾ ਕਿ ਉਹ ਰਾਸ਼ਟਰਵਾਦ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ ਜਿਕਰ ਹੋ ਗਿਆ ਹੈ ਕਿ ਉਹਨਾਂ ਦਾ ਸਾਫ਼ ਕਹਿਣਾ ਹੈ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਤੇ ਭਾਜਪਾ ਨਾ ਤੁਰੇ ਇਸ ਨਾਲ ਉਹਨਾਂ ਨੂੰ ਹੀ ਮੁਸ਼ਕਲ ਹੋਵੇਗੀ ਉਹਨਾਂ ਤੇ ਮੋਰ ਨੂੰ ਕਿਹਾ ਕਿ ਉਹ ਸਰਕਾਰ ਦਾ ਹਿੱਸਾ हिस्सा ने ਅਤੇ ਲੋਕਾਂ ਦੀ ਭਲਾਈ ਲਈ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਤੁਹਾਡਾ ਇਰਾਦਾ ਲੋਕਾਂ ਦੀ ਮਦਦ ਕਰਨਾ ਹੈ ਪਰ ਕੋਈ ਲੋਕ ਮਦਦ ਨਹੀਂ ਲੈਣਾ ਚਾਹੁੰਦੇ ਤੁਸੀਂ ਉਸ ਦੀ ਭਲਾਈ ਕਿਉਂ ਕਰ ਰਹੇ ਹੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ